ਸਾਹਮਣੇ ਕੋਈ ਸਾਹਿਬ ਭਾਈ ਸਾਹਿਬ ਆਸਮ ਨਾਮ ਦਾ ਮੁੰਡਾ ਰਹਿੰਦਾ ਕੋਈ ਉਹਦਾ ਨਾ ਐਡਾ ਯਾਨੀ ਕਿ ਨਾ ਕੱਦ ਕੱਦ ਯਾਨੀ ਕਿ 5 ਫੁੱਟ ਤੇ ਕੁਛ ਇੰਚ ਹੈਗਾ ਤੇ ਹਨਾ ਉਸ ਤੋਂ ਬਾਅਦ ਉਹਦੇ ਘਰ ਦੇ ਸਾਹਮਣੇ ਦਰਖਤ ਵੀ ਲੱਗਾ ਉਹਦਾ ਘਰ ਟੀਵੀ ਵੀ ਹੈਗਾ ਇੰਜ ਇਹ ਸਾਰਿਆਂ ਘਰਾਂ 'ਚ ਹੀ ਹੁੰਦਾ ਇੰਜ ਨਹੀਂ ਪਤਾ ਲੱਗਣਾ ਨਹੀਂ ਨਹੀਂ ਉਹਨੇ ਕਿਸ਼ਤਾਂ ਦੇ ਨਾ ਏਅਰ ਕੂਲਰ ਵੀ ਲਿਆ ਸੀ ਉਹਨੇ ਹੁਣ ਏਅਰ ਕੂਲਰ ਵੀ ਲਵਾਇਆ ਭਈਏ ਐਡਰੈਸ ਆ ਹਾਂਜੀ ਹਾਂ ਉਹਦਾ ਮਕਾਨ ਨੰਬਰ ਹੈਗਾ ਵੇ ਨਹੀਂ ਮੈਨੂੰ ਮਕਾਨ ਨੰਬਰ ਦਾ ਨਹੀਂ ਪਤਾ ਭਾਜੀ ਇਸ ਤਰ੍ਹਾਂ ਨਹੀਂ ਭਾਪ ਭਾਜੀ ਪਤਾ ਤੇ ਲਵਾਓ ਨਾ ਜਰਾ ਮੈਨੂੰ ਦੱਸ ਦਿਓ ਜਰਾ ਮੈਂ ਸੀਆਈਡੀ ਜਾਂ ਭਾ ਅੱਛਾ ਭਾਜੀ ਯਾਰ ਉਹ ਕਹਿਣ ਡਿਆ ਸੀ ਨੁਕਰ ਤੇ ਹੋਟਲ ਆ ਚਿੰਕੀ ਰਕਸ਼ੇ ਖਲੋਤੇ ਹੋਣੇ ਦਰਖਤ ਵੀ ਲੱਗੇ ਆ ਵਰਕਸ਼ਾਪ ਵੀ ਆ ਵਾ ਹਰ ਪਾਸੇ ਯਾਨੀ ਕਿ ਹੈ ਬਸ ਅੰਨਾ ਹੋ ਗਿਆ ਭਾਈ ਤੂੰ ਵੇਖਦਾ ਨਹੀਂ ਵੇਖ ਕੀ ਹੋਇਆ ਤੈਨੂੰ ਦਿਸਦਾ ਨਹੀਂਗਾ ਦਰਅਸਲ ਭਾਜੀ ਮੈਂ ਨਾ ਥੋੜਾ ਜਿਹਾ ਪਰੇਸ਼ਾਨ ਸੀਗਾ ਨਾ ਆਸਮ ਨਾਮ ਦਾ ਮੁੰਡਾ ਨਹੀਂ ਮੈਨੂੰ ਲੱਭਣ ਡਿਆ ਉਹ ਨਹੀਂ ਲੱਭਣ ਡਿਆ ਤਾਂ ਸਾਡਾ ਹੀ ਕਿਉਂ ਵੱਜਣ ਡਿਆ ਤੂੰ ਭਾਜੀ ਮੈਂ ਪਰੇਸ਼ਾਨ ਹੈਗਾ ਵਾ ਥੋੜਾ ਜਿਹਾ ਮੇਰਾ ਮੈਂ ਤੁਹਾਨੂੰ ਦੱਸਦਾ ਭਾਜੀ ਤੁਹਾਨੂੰ ਅਗਰ ਪਤਾ ਹੈਗਾ ਤੇ ਮੈਨੂੰ ਦੱਸ ਦਿਓ ਮਿਹਰਬਾਨੀ ਹੋਏਗੀ ਆਸਮ ਨਾਮ ਦਾ ਮੁੰਡਾ ਭਾਜੀ ਉਹ ਜਾ ਚਲੇ ਜਾ ਸਾਨੂੰ ਨਹੀਂ ਪਤਾ ਇੱਕ ਮਿੰਟ ਭਾਜੀ ਤੁਸੀਂ ਗੱਲ ਕਿਉਂ ਪੈਣ ਡੇ ਭਾਜੀ ਮੈਂ ਤੁਹਾਨੂੰ ਦੱਸਣਾ ਆਸਮ ਹੈਗਾ ਉਹਦਾ ਕੱਦ ਹਨਾ ਚਿੱਟਾ ਜਿਹਾ ਮੁੰਡਾ ਉਹਨੇ ਨਾ ਮੈਨੂੰ ਨਿਸ਼ਾਨੀ ਤਾਂ ਪਤਾ ਲੱਗ ਗਿਆ ਉਹਨੇ ਨਾ ਮੁੱਛਾਂ ਰੱਖੀਆਂ ਹੋਈਆਂ ਭਾਜੀ ਓ ਯਾਰ ਸਾਨੂੰ ਨਹੀਂ ਪਤਾ ਜਾ ਕੇ ਉਹ ਕੰਨ ਖਾਣ ਡਿਆ ਤੂੰ ਭਾਜੀ ਮੈਂ ਤਾਂ ਕੰਨ ਖਾਧੇ ਹੀ ਨਹੀਂ ਹੈ ਭਾਜੀ ਉਹਨੇ ਨਾ ਮੁੱਛਾਂ ਰੱਖੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਹਨਾ ਉਹਦੇ ਘਰ ਦੇ ਬਾਹਰ ਹਨਾ ਏਅਰ ਕੂਲਰ ਲੱਗਾ ਹੈ ਏਅਰ ਕੂਲਰ ਵੀ ਲੱਗਾ ਹੈ ਤੇ ਉਹ ਉਹਦੇ ਕੋਲ ਮੋਟਰਸਾਈਕਲ ਵੀ ਹੈ ਵੇ ਉਹਨੇ ਕਿਸ਼ਤਾਂ ਦੇ ਮੋਟਰਸਾਈਕਲ ਲਈਏ ਤੇ ਫਿਰ ਉਹ ਹਨਾ ਉਹਦਾ ਰੰਗ ਵੀ ਸਾਫ਼ ਹੈਗਾ ਉਹ ਮੈਂ ਉਹਦਾ ਅੱਬੂ ਆ ਹੈ ਯਾਰ ਤੂੰ ਬੋਲਦਾ ਕਿੱਦਾਂ ਭਰਾਵਾ ਤੂੰ ਤੈਨੂੰ ਬੋਲਣ ਦਾ ਨਹੀਂ ਪਤਾ ਇੰਜ ਬੋਲੀ ਦਾ ਜਾ ਆਪਣਾ ਕੰਮ ਕਰ ਜਾ ਕੇ ਮੇਰੇ ਅੱਬੂ ਫੋਤ ਹੋਏ ਹੋਏ ਆ ਚੱਲ ਸ਼ਾਬਾਸ਼ ਨਿਕਲ ਕੀ ਗੱਲ ਬਾ ਮੈਂ ਲੜਦਾ ਪਿਆ ਮੈਂ ਤੁਹਾਡੇ ਨਾਲ ਕੋਈ ਉਹਦੇ ਚਾਰ ਭਰਾ ਵਾ ਉਹ ਬਾਕੀ ਤਿੰਨ ਬਾਹਰ ਹੁੰਦੇ ਉਹ ਯਾਰ ਸਾਨੂੰ ਨਹੀਂ ਪਤਾ ਭਾਈ ਜਾ ਨਾ ਯਾਰ ਤੂੰ ਸਾਨੂੰ ਤੰਗ ਕਰ ਧੱਕੇ ਦੇ ਨਾਲ ਨਾ ਮਾਰ ਯਾਰ ਐਵੇਂ ਕੰਮ ਖਰਾਬ ਹੋ ਜਾਣਾ ਉਹ ਤੂੰ ਕਰ ਲੈ ਕੰਮ ਖਰਾਬ ਕੀ ਕੰਮ ਖਰਾਬ ਕਰਨਾ ਹੈ ਕੀ ਕਰਨਾ ਕੰਮ ਖਰਾਬ ਤੂੰ ਹੁਣ ਹਨਾ ਇੱਥੇ ਹੀ ਰਹੀਂ ਜੱਪੇ ਉਹ ਨਾ ਤੇ ਜਾ ਤੂੰ ਜੋ ਕਰਨਾ ਕਰ ਲੈ ਮੈਂ ਇੱਥੇ ਹੀ ਕਰਦਾ ਵਾਂ ਤੇਰੇ ਵਰਗੇ ਬਾਅਦ ਚੋਂ ਨਜ਼ਰ ਨਹੀਂ ਆਉਂਦੇ ਬੈਠੇ ਪ੍ਰੀਤ ਸੋੜੀ ਲੜਾਈ ਹੋ ਗਈ ਆਜੇ ਛੇਤੀ ਅਸਲਾ ਉਸਲਾ ਲੈ ਕੇ ਆਉਣਾ ਸਾਰੇ ਜਿਹੜੇ ਜਲਦੀ ਆ ਤੂੰ ਸਾਰਿਆਂ ਨੂੰ ਲੈ ਕੇ ਅਸਲਾ ਵੀ ਲੈ ਕੇ ਆਈ ਸਾਹਮਣੇ ਲਾਲ ਓਵੇ ਘੂਰੀਆ ਪਾਲਡੀ ਫਿਰ ਉਹਨੂੰ ਮੈਂ ਕੁਛ ਵੀ ਕਿਹਾ ਅੱਛਾ ਭਾਜੀ ਇੱਥੇ ਕਰ ਲਾ ਇੱਥੇ ਗੱਡੀ ਤੇ ਆ ਜਲਦੀ ਆ ਜਿੰਨੀ ਜਲਦੀ ਹੋ ਸਕਦੀ ਉਹ ਨੁੱਕਰ ਤੇ ਆ ਕੇ ਚੌਂਕ ਚਲਾ ਉੱਥੇ ਜਿਹਨੂੰ ਵਰਦੀ ਪੁੱਛ ਲਈ ਇੱਥੇ ਲੜਾਈ ਕਿਹਦੀ ਹੋਲ ਰਹੀ ਆ ਉਹਨੂੰ ਲੈ ਕੇ ਆਈ ਲਾਲ ਪ੍ਰੀਤ ਨੂੰ ਵੀ ਸੋਹਣੀ ਨੂੰ ਵੈਸ ਲੂਰ ਸਵਾਲ ਨੂੰ ਚਿਰਾਦ ਨੂੰ ਵੀ ਲੈ ਕੇ ਆਈ ਨਾਲੇ ਆਣ ਲੱਗਾ ਨਾ ਕੁਛ ਖਾਣ ਨੂੰ ਵੀ ਲਈ ਆਈ ਭੁੱਖ ਵੀ ਲੱਗੀ ਹੋਈ ਆ ਮੈਨੂੰ ਜਲਦੀ ਆ ਤੂੰ ਤੈਨੂੰ ਮੈਂ ਕਹਿ ਰਿਹਾ ਤੈਨੂੰ ਗੱਲਾਂ ਵੀ ਪਈ ਆ ਕਿੱਥੇ ਤੇ ਸੀਰੀਅਸ ਹੋ ਜਾਇਆ ਕਰ ਜਲਦੀ ਆ ਜਲਦੀ ਤੂੰ ਇੱਥੇ ਹੀ ਰਹੀ ਹੁਣ ਜ਼ਰਾ ਬੱਲੇ ਆ ਬੁਲਾ ਜੇ ਇਹਨੂੰ ਬੁਲਾਣਾ ਮੈਂ ਇੱਥੇ ਹੀ ਬੈਠਾ ਤੂੰ ਮੈਨੂੰ ਘੁੱਟ ਥੋੜੀ ਦੇਰ ਹੁਣ ਜ਼ਰਾ ਮੇਰੇ ਚਪੇੜ ਮਾਰੀ ਜਲੇ ਯਾਰ ਤੇਰੇ ਪਿਓ ਦਾ ਮੂੰਹ ਸੀਗਾ ਚਪੇੜ ਮਾਰਤੀ ਆ ਅੱਜ ਮਾਰੀ ਦਾ ਆ ਰਹੇ ਆ ਮੇਰੇ ਬੁੱਢੇ ਚੱਲ ਜਾ ਚੜ ਜਾ ਮੁੜ ਕੇ ਫੇਰ ਕਤਲਾਂ ਦੇ ਪਰਚੇ ਚੱਲਾਂਗੇ ਫਿਰ ਤੂੰ ਬ੍ਰੇਨ ਫਿਰ ਪਹਿਲਾਂ ਮੈਨੂੰ ਲਾ ਚੱਲ ਜਾਣ ਦੇ ਓ ਭਜਾਲਾ ਚਲੋ ਐਸੇ ਰਾਮੇ ਲਾ ਦਾ ਬਹੁਤ ਹੈਲੋ ਇਹਨੂੰ ਜਾਣ ਨਾ ਦੇ ਤੇਰੀ ਮਿਹਰਬਾਨੀ ਤੂੰ ਮੈਨੂੰ ਸਿਰਫ ਲੜਾਈ ਦੀ ਲੋਕੇਸ਼ਨ ਸੈਂਡ ਕਰ ਦੇ ਬਸ ਹਾਂ ਅਸਲਾ ਲੇਸ ਆ ਪੂਰਾ ਅਸਲੇ ਨਾਲ ਲੇਸ ਅਸੀਂ ਹਫਾਸਤੀ ਕਿਦਾਂ ਪੂਰੇ ਤੂੰ ਜਾਣ ਨਾ ਦੇ ਬਸ ਆ ਗਏ ਕਿੰਨਾ ਕਰ ਗਿਆ ਚਲਾਉਣਾ ਕਿੰਨੇ ਆ ਫਿਰ ਚਲਾਉਣਾ ਹੁੰਦਾ ਆਹੋ ਯਾਰ ਆਜਾ ਆਪ ਆ ਯਾਰ ਫਰੀਦ ਆਪ ਆ ਜਾਣ ਦੇ ਤੂੰ ਆ ਜਲਦੀ ਅਸਲਾ ਓਏ ਅਸਲਾ ਕੈਸਾ ਦੁਸ਼ਮਣ ਦਾ ਬੇੜਾ ਸਾਫ਼ ਕਰਨਾ ਤੂੰ ਸਦਕੇ ਜਾਵਾ ਲੜਾਈ ਤਵਾਰ ਵਿਚਾਰ ਹੋਈ ਆ ਕਿੱਡਾ ਗੰਦਾ ਸਮਾਨ ਲਿਆ ਤੂੰ ਨਾ ਓਏ ਇਹਨੂੰ ਤੋੜ ਲਾ ਇਹਦਾ ਪਲੱਗ ਸਾਫ਼ ਕਰਨ ਵਾਲਾ ਮਿੱਠੇ ਵਾਸ ਵਾਲੇ ਬੁਲਾ ਲਵਾਂ ਵਾਸ ਵਾਲੇ ਪਲੱਗ ਸਾਫ਼ ਕਰਨਾ ਯਾਰ ਯਖ ਲਾਨਤ ਆ ਯਾਰ ਉਹਦੀ ਲੜਾਈ ਵੇਖ ਡਿਲੇ ਨਾ ਹੋਵੇ ਭਾਈ ਫੈਸਲ ਤੂੰ ਆਪਣੇ ਗੱਲ ਬਹੁਤੀਆਂ ਨਾ ਖਾਈ ਆਏ ਲੈ
बस कर दे तू तो इंज तोरन दिया जिवें घरों धी टोरी दी है। ओ यार गड्डी वेखा है ही ओदां दी मिठे कचरा हो रहा विच। तैनूं जो पता सी भी अज आखरी डेट आ लड़ाई दी, तू चंगी गड्डी ले आउंदा। असला कड्ड अपना असला साफ कर लै ओदे नाल। बड़ा कि तू मिठे लेले लैण चलना भी उठ के सीधा वेख लो उत्ते पता लगे बदमाशा तरह। चिलकार हो चिलकार हो बस कर दे। बराबर चली दा वा। तेन हर वारी किने कह सी के वध वध के लड़िया कर अगे निकल जाना। वध के मैं मतलब दो इंच उच्चा होकर लड़ना वा। मैं भी तेरे तों लड़ना। लड़ाई पता कर कि अगे निकल आया। आवाज कितो आ रही है? उत्थे पिछे बंदे कठे हो जाओ भी। नहीं नहीं भाई फैसल दी लड़ाई ते इन्ने बंदे कठे नहीं हो सकते। वैसे भी बंदे कठे हो जाते वेख के देख ओ तो नहीं है। ओ नहीं अगे आगे लड़ाई अगे मैं पता वा। तू मैनू कहना रक्षा मोड़। रक्षा नहीं यार लड़ाई पिछे है मिटे। उतर के रक्षा मोड़ यार। मैं कहना मेरी गल सुन ला। रक्षा मोड़ तू जे तेन कन्फर्म नहीं ना हों जगह का बिल्कुल नहीं पता हों ना आया कर। रक्षा मोड़ तू लड़ाई उधर पिछे ओ भावे सिर पाड़ दिता होने पछाण मोड़। आ तेरा 70 किलोमीटर रक्षा इतना मैं पिछे मोड़ मोड़ के चलाया वा। पानी च किधर बड़ी जाने शिप वा है। मैं कहना नाल नाल धुप भी जाए लड़ाई बाद चो दिसे नाल सर्विस भी कराई जाइए। मेरी सुन गल मिठे बहन वाली गल कर लड़ाई वह मैं रश लगन डे। तुसी लड़ो मैं थाने पहुंचना। क्यों की करन सिमरन दा अबू आ मैं आ रहा हूं। मेरी सुन गल उ रौला पाली मिठा आ गया। सिमरन दे अबू ने ते कहा सी के बेटा जा जा जा। उन्हें कदों कहा सी मैं आ रहा हूं। पहले मैंने इस गल का जवाब दे। पहले हुण आपां तफसील च पै लईए कि लड़ लईए। तफसील दे विच पहले मैंने ये दस भी तू मैनूं लड़ाई दा अगे अगे कढवा दिता वह पिछे लड़ाई सी हुण पिछे किन्ना जाना पैना। तेल इन्ना खर्च हो जाना हर लड़ाई च तू मेरे पेट्रोल का जाया करवाना। तेरी जबान की भी पैण वाली। चल नूरी आ गया नूरी आ गया। दो मिनट इतना मारी गया। रक्षा ला के आया। रक्षा ला लिया फ्रीजा यार। रक्षा रह दे तू फड़ लेना। मैं कहना मेरा फोन रखी क्यों मारे। मेरा दिल कर रहा मारन। चुप चुप बोलना नहीं। मार लिया ना मेरे भरा आया हूं गल कर अगे बड़ा ख्याल है पढ़ देना कर 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 रहा वा। तू क्यों नहीं पूछ रहा। मेरा तो मजाक नहीं है। रस्सियां पा के ना मैं तेन कुटना ही तेन दस दिता ही। फड़ मिठे फड़ देना फड़ फड़ देना फड़ देना। तू बंदे नु बंदा ही नहीं समझदा पया है। तेनू अल्लाह ही फड़ूगा। मारे क्यों मारे क्यों। ओ जा चले जा किते जा चले जा। यारो कह दे चल जाओ। बदला चाहिए अपना बदला। मैं किसी होर को ले दूंगा यार। मैं बदला चाहिए वा। मैं किसी होर को ले दूंगा। मैं भी सही हूं अगे तो ना मारी। मार हा कि मारे कह दे अगे तू नहीं मारदा। मार हा कि मारे हूं मार हा। शुरू कर मारना नहीं यतीम नहीं है मैं है अपने वैसे आपस की गल है मैं लड़न नहीं आया। तू तो थप्पड़ क्यों मारिया सी। सुला गई सुला।
ਆ ਬਾਹਰ ਆ ਬਾਹਰ